ਫਿਰ ਸਮੋਸੇ ਠੀਕ ਆ ਕਿੰਨੇ ਬਣੇ ਜੀ ਦੱਸ ਦੇ ਕਿੰਨਿਆਂ ਦੇ ਚਾਰ ਪੈਕ ਹੋ ਰਹੇ ਨੇ ਸਮੋਸੇ ਇਹ ਗਰਮਾ ਗਰਮ ਸਮੋਸੇ ਕਸਟਮਰ ਖੜੇ ਨੇ ਇੱਧਰ ਗੱਡੀ ਖੜੀ ਹੈਗੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਅੱਜ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਅਤੇ ਮੈਂ ਨਾ ਨਿਕਲੀ ਜਾਂਦਾ ਸੀਗਾ ਅਤੇ ਅੰਕਲ ਜਾਂਦੇ ਸੀਗੇ ਅਤੇ ਜਾਂ ਮੈਂ ਛੋਟਾ ਹੁੰਦਾ ਸੀਗਾ ਜਾਂ ਬੜੇ ਖਾਂਦੇ ਹੁੰਦੇ ਸੀਗੇ ਹਰੇਕ ਬੰਦਾ ਹੀ ਖਾਂਦਾ ਨਿੱਕੇ ਨਿੱਕੇ ਜਿਹੇ ਸਮੋਸੇ ਇਹ ਅਤੇ ਆਪਾਂ ਹੁਣ ਗੱਲ ਕਰਦੇ ਹਾਂ ਅਤੇ ਹੁਣ ਪਤਾ ਨਹੀਂ ਕਿੰਨੇ ਕੁ ਮਿਲਦੇ ਆ ਸਮੋਸੇ ਕਾਫੀ ਟਾਈਮ ਬਾਅਦ ਮਿਲੇ ਆ ਮੈਨੂੰ ਇਹ ਅਤੇ ਆ ਜਾਓ ਫਿਰ ਆਪਾਂ ਗੱਲ ਕਰਾਉਂਦੇ ਹਾਂ ਬਾਈ ਨਾਲ ਸਤਿ ਸ਼੍ਰੀ ਅਕਾਲ ਜੀ ਹੋਰ ਬੜੀਆ ਬੜੀਆ ਜੀ ਠੀਕ ਹੋ ਠੀਕ ਹੈ ਕੰਮ ਕਰ ਗਿਆ ਸਰ ਬਹੁਤ ਵਧੀਆ ਜੀ ਬੜੀਆ ਹਾਂਜੀ ਸਮੋਸੇ ਬਣਾ ਰਹੇ ਹੋ ਹਾਂਜੀ ਅੱਛਾ ਅਤੇ ਮੈਂ ਛੋਟਾ ਹੁੰਦਾ ਖਾਂਦਾ ਸੀਗਾ ਬਹੁਤ ਇਹ ਅਤੇ ਆਏ ਕਿੱਥੋਂ ਬਾਈ ਆਪਾਂ ਸਰਹੰਦ ਸਰਹੰਦ ਤੋਂ ਠੀਕ ਆ ਅਤੇ ਵਧੀਆ ਚੱਲੀ ਜਾਂਦਾ ਕੰਮ ਹਾਂਜੀ ਹਾਂਜੀ ਕੰਮ ਅੱਛਾ ਅਤੇ ਸਮੋਸੇ ਆਪੇ ਬਣਾਉਂਦੇ ਹੈ ਅੱਛਾ ਸਫਾਈ ਰੱਖਦੇ ਹੋ ਪੂਰੀ ਹਾਂਜੀ ਹਾਂਜੀ ਦੇਖੀਏ ਤੁਹਾਡੇ ਸਾਹਮਣੇ ਕਰੇ ਜੀ ਘੀ ਤੇਲ ਸਮੋਸੇ ਠੀਕ ਆ ਕਿੰਨੇ ਬਣੇ ਜੀ ਦੱਸ ਦੇ ਕਿੰਨਿਆਂ ਦੇ ਚਾਰ ਅਤੇ ਵੀਹ ਦੇ ਦੇ ਦਿਓ ਬਾਈ ਦੱਸ ਦੇ ਚਾਰ ਨੇ ਅੱਠ ਹੋ ਗਏ ਹੈ ਨਾ ਜੀ ਕਿਹੜੇ ਚੈਨਲ ਬਾਲੇ ਗਏ ਨੇ ਚੀਜ਼ ਆ ਇਹ ਅਤੇ ਅੰਕਲ ਜੀ ਕਿੰਨੇ ਕੁ ਟਾਈਮ ਤੋਂ ਕੰਮ ਕਰਦੇ ਹੋ ਬਹੁਤ ਸਾਲ ਹੋ ਗਏ ਜੀ ਵੀਹ ਪੱਚੀ ਸਾਲ ਹੋ ਗਏ ਜੀ ਵੀਹ ਪੱਚੀ ਸਾਲ ਹੋ ਗਏ ਆਓ ਕਿਸੇ ਦੇ ਥੱਲੇ ਕੰਮ ਕਰਨ ਨਾਲੋਂ ਵਧੀਆ ਹੈ ਨਾ ਆਪਣਾ ਕੰਮ ਠੀਕ ਆ ਅਤੇ ਵਧੀਆ ਚੱਲੀ ਜਾਂਦਾ ਕੰਮ ਕਮਾਲ ਨੂੰ ਤੀਹ ਪੈਂਤੀ ਹਜ਼ਾਰ ਰੁਪਈਆ ਨਾ ਤੀਹ ਪੈਂਤੀ ਹਜ਼ਾਰ ਰੋੜੀ ਤਾਂ ਮਿਲ ਜਾਂਦੀ ਜੀ ਦਸ ਬਾਰਾਂ ਹਜ਼ਾਰ ਕੱਟਣਾ ਪੜ੍ਹੇ ਲਿਖੇ ਨੂੰ ਇੰਨੇ ਕੀ ਬਣਦੇ ਆ ਜੀ ਆਪਾਂ ਦੇ ਇੰਨੇ ਕਮਾ ਲੈਂਦੇ ਫਿਰ ਕਿਆ ਚਾਹੀਦਾ ਨਾ ਵਧੀਆ ਯਾਰ ਆਪਦਾ ਕੰਮ ਹੱਥੀ ਕੰਮ ਆ ਨਾਲੇ ਇਹਦਾ ਜਦ ਮਰਜ਼ੀ ਜੀ ਕਰੇ ਛੁੱਟੀ ਕਰ ਲਾ ਜਦ ਮਰਜ਼ੀ ਜਦ ਵੱਧ ਵੀ ਕਮਾ ਸਕਦਾ ਬੰਦਾ ਘੱਟ ਵੀ ਕਮਾ ਸਕਦਾ ਜੀ ਸੀਜ਼ਨ ਦੇ ਹਿਸਾਬ ਨਾਲ ਨਾ ਨਾ ਸੀਜ਼ਨ ਤਾਂ ਫਿਰ ਤਾਂ ਚਾਰ ਸਾਲੋਂ ਤਾਂ ਸੀਜ਼ਨ ਹੈ ਜੀ ਅੱਛਾ ਜਿੰਨਾ ਕੁ ਮਤਲਬ ਜਿੰਨਾ ਜ਼ਿਆਦਾ ਕੰਮ ਕਰੋ ਉਨਾ ਹੀ ਜ਼ਿਆਦਾ ਪ੍ਰੋਫਿਟ ਹੈ ਅੱਛਾ ਜਿੰਨਾ ਕੰਮ ਕਰਾਂਗੇ ਉਨਾ ਪ੍ਰੋਫਿਟ ਆ ਹਾਂ ਅਸੀਂ ਤਾਂ ਇਹ ਬਸ ਦੇ ਬਾਅਦ ਹਮ ਚਾਰ ਪੰਜ ਘੰਟਾ ਕੰਮ ਕਰਦੇ ਹਾਂ ਬਸ ਚਾਰ ਪੰਜ ਘੰਟੇ ਔਰ ਦੋ ਵਜੇ ਢਾਈ ਵਜੇ ਆਤੇ ਹੈ ਅੱਛਾ ਅਬ ਦੇਖ ਲੀਜੀਏ ਪੰਜ ਛੇ ਵਜੇ ਵਾਲਾ ਹੈ ਅੱਛਾ 6 ਵਜੇ ਵਾਲਾ ਹੈ ਹੋਰ ਕੰਮ ਵੀ ਕਰਦੇ ਹੋ ਨਾਲੇ ਦੇ ਕੋਈ ਹੋਰ ਕੰਮ ਵੀ ਕਰਦੇ ਹੋ ਨਾਲ ਹਾਂ ਕਰਦੇ ਹਾਂ ਜੀ ਅੱਛਾ ਹੋਰ ਕੀ ਕਰਦੇ ਹੋ ਕਿਰਿਆਨੇ ਦਾ ਕੰਮ ਕਰਦੇ ਹਾਂ ਅੱਛਾ ਕਿਰਿਆਨੇ ਦਾ ਠੀਕ ਆ ਇਹ ਪਾਰਟ ਟਾਈਮ ਜੋਬ ਹੈ ਹਾਂ ਜੀ ਪਾਰਟ ਟਾਈਮ ਜੋਬ ਅੱਛਾ ਚੱਲ ਵਧੀਆ ਫਿਰ ਤਾਂ ਸਰਹੰਦੋ ਸੀਗੇ ਇਹ ਹਾਂ ਜੀ ਹਾਂ ਇਹ ਮੋਦੇ ਬਾਹਲੇ ਘੰਟੇ ਦੇ ਬਾਈ ਦੇ ਜੀ ਆਹ ਸੋਸ ਵਗੈਰਾ ਨਹੀਂ ਆ ਮੋਦੇ ਖਾਈਏ ਮੈਂ ਚਲਾ ਬਹੁਤ ਲੇਟ ਹੋ ਗਿਆ ਅੱਛਾ ਠੀਕ ਹੈ ਜੀ ਠੀਕ ਆ ਚਾ ਪੈਕ ਕਰਕੇ ਦੇ ਦੇ ਮੈਨੂੰ ਲੱਗਦਾ ਹਰੀ ਚੱਟੀ ਮਾਮਾ ਕੌਣ ਅਤੇ ਵੀਡੀਓ ਬਣਾਉਣ ਦਾ ਕੋਈ ਖਾਸ ਮਕਸਦ ਨਹੀਂ ਸੀਗਾ ਮੈਨੂੰ ਵਧੀਆ ਲੱਗਿਆ ਸੀਗਾ ਅੱਜ ਕੱਲ੍ਹ ਇਹ ਚੀਜ਼ਾਂ ਬੜੀਆਂ ਘੱਟ ਨੇ ਅਤੇ ਅਸੀਂ ਛੋਟੇ ਹੁੰਦੇ ਖਾਂਦੇ ਸੀਗੇ ਤਾਂ ਕਰਕੇ ਮੈਨੂੰ ਮੈਂ ਬਣਾ ਲਈ ਵੀਡੀਓ ਇਹ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹਨੇ ਕਿਹਨੇ ਖਾਧੇ ਆ ਨਿੱਕੇ ਨਿੱਕੇ ਜਿਹੇ ਸਮੋਸੇ ਹੁਣ ਅਤੇ ਆਪਾਂ ਮਿਲਦੇ ਅਗਲੀ ਵੀਡੀਓ 'ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ